ਮਤਾ ਜੀ ਜਿਹੜਾ ਜਿਸ ਕਿਸਮ ਦਾ ਨਿਜ਼ਾਮ ਚੱਲ ਰਿਹਾ ਉਹਦੇ ਵਿੱਚ ਇਹ ਤਾਂ ਗੱਲ ਤਕਰੀਬਨ ਤੈਅ ਆ ਹੁਣ ਕਿ ਸਬਸਿਡੀ ਹੌਲੀ ਹੌਲੀ ਖਤਮ ਹੋਣੀ ਹੈ ਤੇ ਇਹ ਜਿਹੜਾ ਰੁਝਾਨ ਹੈ ਲਗਾਤਾਰ ਅੱਗੇ ਨੂੰ ਜਾਰੀ ਰਹਿਣਾ ਇਹਦੇ ਹੋਰ ਅਲਟਰਨੇਟਿਵ ਕਿਸ ਕਿਸਮ ਦੇ ਦੇਖਦੇ ਨੇ ਜਿਨ੍ਹਾਂ ਨਾਲ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ ਸਭ ਤੋਂ ਵੱਡਾ ਮਸਲਾ ਜਿਹੜਾ ਹੈ ਨਾ ਉਹ ਇੰਟਰਨੈਸ਼ਨਲ ਪੋਲਿਟਿਕਸ ਦਾ ਵੀ ਹੈ ਕੁਝ ਦਿਨ ਹੀ ਹੋਏ ਸੈਕਟਰੀ ਆਫ ਸਟੇਟ ਯੂਨਾਈਟਿਡ ਸਟੇਟਸ ਅਮਰੀਕਾ ਦੇ ਹਿਲਰੀ ਕਲਿੰਟਨ ਨੇ ਆ ਕੇ ਇੱਥੇ ਇਹਨਾਂ ਨੂੰ ਦਬਕਾ ਮਾਰਿਆ ਉਸ ਤੋਂ ਬਾਅਦ ਪੈਟਰੋਲ ਉਹਨਾਂ ਕੋਲ ਕੱਚਾ ਤੇਲ ਲੈਣਾ ਬੰਦ ਹੋ ਗਿਆ ਇਰਾਨ ਤੋਂ ਕੱਟ ਗਿਆ ਬਹੁਤ ਬਹੁਤ ਹੀ ਕੱਟ ਗਿਆ ਤੇ ਬਹਾਨਾ ਉੱਥੇ ਇਹ ਵੀ ਪਾਇਆ ਗਿਆ ਕਿ ਜੇ ਫੈਸਲਾ ਤੇ ਕੰਪਨੀਆਂ ਦਾ ਸਰਕਾਰ ਦਾ ਨਹੀਂ ਹੈ ਹੁਣ ਅਸਲੀਅਤ ਇਹ ਵੇ ਕਿ ਇਰਾਨ ਨੇ ਆਪਣੀ ਜਿਹੜੀ ਸਿਚੁਏਸ਼ਨ ਜਿਹਦੇ ਵਿੱਚ ਉਹ ਫਸੇ ਹੋਏ ਆ ਉਸ ਨੂੰ ਸਮਝਦਿਆਂ ਹੋਇਆ ਉਹਨਾਂ ਨੇ ਇੱਕ ਕਮਾਲ ਦਾ ਫਾਰਮੂਲਾ ਪੇਸ਼ ਕੀਤਾ ਸੀ ਉਹ ਕਮਾਲ ਦਾ ਫਾਰਮੂਲਾ ਇਹ ਸੀ ਕਿ ਅਸੀਂ ਤੁਹਾਨੂੰ ਉਹਨਾਂ ਦੇ ਕੋਲ ਰਿਫਾਇਨਰੀਜ਼ ਨਹੀਂ ਹੈ ਕਿ ਤੁਸੀਂ ਸਾਡੇ ਕੋਲ ਕੱਚਾ ਤੇਲ ਲਓ ਤੇ ਰਿਫਾਈਨਡ ਪ੍ਰੋਡਕਟਸ ਜਿੰਨੇ ਆ ਸਾਨੂੰ ਤੁਸੀਂ ਦਿਓ ਨਾਲ ਰੁਪਈਏ ਵਿੱਚ ਟ੍ਰੇਡ ਕਰੋ 40-50% ਇਨਸਟੈਡ ਆਫ ਡਾਲਰ ਅਮਰੀਕੀ ਡਾਲਰ ਚ ਕਰਨ ਦੀ ਲੋੜ ਅਮਰੀਕੀ ਡਾਲਰ ਚ ਕਰਨ ਦੀ ਲੋੜ ਨਹੀਂ ਇਸ ਕਿਸਮ ਦੀ ਬਾਇਲੇਟਰਲ ਡੀਲ ਅਗਰ ਹੋ ਜਾਂਦੀ ਤਾਂ ਮੈਨੂੰ ਤਾਂ ਯਾਦ ਹੈ 1973 ਵਿੱਚ ਜਦੋਂ ਪਹਿਲਾ ਆਇਲ ਸ਼ੌਕ ਆਇਆ ਸੀ ਤੇ ਹਿੰਦੁਸਤਾਨ ਵਿੱਚ ਉਸਦਾ ਜ਼ੀਰੋ ਅਸਰ ਸੀ ਉਸਦਾ ਵੱਡਾ ਕਾਰਨ ਇਹ ਸੀਗਾ ਉਸ ਵੇਲੇ 1973 ਵਿੱਚ ਕਿ ਅਸੀਂ ਸੋਵੀਅਤ ਯੂਨੀਅਨ ਤੋਂ ਬਹੁਤ ਜ਼ਿਆਦਾ ਤੇਲ ਲੈਂਦੇ ਸੀਗੇ ਤੇ ਸੋਵੀਅਤ ਯੂਨੀਅਨ ਦਾ ਇੰਡੀਆ ਨਾਲ ਜਿਹੜਾ ਟ੍ਰੇਡ ਸੀ ਉਹ ਰੁਪੀਜ਼ ਵਿੱਚ ਸੀਗਾ ਇੰਡੀਅਨ ਰੁਪੀਜ਼ ਵੀ ਟ੍ਰੇਡ ਹੋਣ ਕਰਕੇ ਸਾਨੂੰ ਦੋ ਫਾਇਦੇ ਸੀਗੇ ਇੱਕ ਤਾਂ ਅਸੀਂ ਸਾਡੇ ਕੋਲ ਫੋਰਨ ਐਕਸਚੇਂਜ ਦੀ ਕਮੀ ਸੀ ਬੜੀ ਸੀਰੀਅਸ ਉਸ ਜ਼ਮਾਨੇ ਦੀ ਬਹੁਤ ਇੱਕ ਕਮੀ ਸੀ ਅੱਜ ਕੱਲ੍ਹ ਨਾਲੋਂ ਵੀ ਹੁਣ ਤਾਂ 300-250 billion dollars ਰਹਿ ਗਿਆ ਜਦ ਨਹੀਂ ਸੀ ਹੁੰਦੇ ਕਿਉਂਕਿ ਸਾਡਾ ਆਉਂਦਾ ਨਹੀਂ ਸੀ ਮਾਲ ਬਾਹਰੋਂ ਸਰਮਾਇਆ ਲੇਕਿਨ ਸਾਈਮਲਟੇਨੀਅਸਲੀ ਸਾਨੂੰ ਇਹ ਫਾਇਦਾ ਹੁੰਦਾ ਸੀ ਕਿ ਸਾਡੇ ਆਪਣੇ ਇੰਡਸਟਰੀ ਦੇ ਪ੍ਰੋਡਕਟ ਜਿਹੜੇ ਹੈ ਉਹ ਬਹੁਤ ਸੋਵੀਅਟਸ ਖਰੀਦਦੇ ਸਨ ਇੱਥੋਂ ਯਾਨੀ ਸਾਨੂੰ ਦੋਵੇਂ ਨਾਲ ਜਿਹੜਾ ਬੈਲੈਂਸ ਆਫ ਪੇਮੈਂਟ ਬਣਿਆ ਰਹਿੰਦਾ ਸੀ ਜਿਹੜਾ ਬੈਲੈਂਸ ਆਫ ਪੇਮੈਂਟ ਬਣਦਾ ਸੀ ਜਿਸ ਤਰੀਕੇ ਨਾਲ ਉਸ ਤਰ੍ਹਾਂ ਦੀ ਆਫਰ ਜਿਹੜੀ ਹੈ ਇਰਾਨ ਵੱਲੋਂ ਹਾਂਜੀ ਉਸ ਨੂੰ ਸੋਚਣਾ ਵੀ ਨਾ ਜਿਹੜੀ ਇੱਕ ਮੰਤਰੀ ਸਿਆਸਤ ਵਾਲਾ ਮਸਲਾ ਇਹਦੇ ਤੇ ਤੁਹਾਡੇ ਕੋਲ ਵਾਪਸ ਆਵਾਂਗਾ ਹੁਣ ਵੇਲਾ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਅਸੀਂ ਇਹ ਚਰਚਾ ਜਾਰੀ ਰੱਖਾਂਗੇ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਅਸੀਂ ਚਰਚਾ ਕਰ ਰਹੇ ਹਾਂ ਪੈਟਰੋਲ ਦੀ ਕੀਮਤ ਵਿੱਚ ਹੋਏ ਵਾਧੇ ਬਾਰੇ ਪ੍ਰੋਫੈਸਰ ਮਨਜੀਤ ਜਿਹੜੀ ਇਹ ਗੱਲ ਹੈ ਕਿ ਵੀ ਜਿਹੜਾ ਕੌਮਾਂਤਰੀ ਪੱਧਰ ਦੇ ਉੱਤੇ ਜਿੱਥੋਂ ਜਿੱਥੋਂ ਤੇਲ ਆਉਂਦਾ ਸੀ ਉਹਦੇ ਜਿਹੜੇ ਹਾਲਾਤ ਨੇ ਖਾਸੇ ਬਦਲ ਗਏ ਨੇ ਜਿਵੇਂ ਇਰਾਨ ਦੇ ਉੱਤੇ ਬਹੁਤ ਸਾਰੀਆਂ ਪਾਬੰਦੀਆਂ ਲੱਗ ਰਹੀਆਂ ਨੇ ਨਾਈਜੀਰੀਆ ਦੇ ਵਿੱਚ ਜਿਹੜਾ ਤੇਲ ਆ ਉਹ ਬਹੁਤ ਅਨਸੇਫ ਹੋ ਗਿਆ ਉੱਥੇ ਦੀ ਜਿਹੜੀ ਖਾਨਾ ਜੰਗੀ ਹੈ ਰੂਸ ਦੇ ਵਿੱਚ ਵੀ ਕਈ ਕਿਸਮ ਦੀਆਂ ਮਾਹੌਲ ਕਾਫੀ ਹੋਰ ਕਿਸਮ ਦਾ ਹੋ ਗਿਆ ਇਰਾਨ ਸਾਊਦੀ ਅਰਬ ਇਹ ਲਗਾਤਾਰ ਇੱਕ ਕੰਟਰੋਲ ਦੇ ਵਿੱਚ ਇੱਕ ਧੜੇ ਨਾਲ ਚਲਿਆ ਗਿਆ ਸਾਰੇ ਦਾ ਸਾਰਾ ਤੇਲ ਇਸ ਮਾਹੌਲ ਦੇ ਵਿੱਚ ਤਾਂ ਜਿਹੜੀਆਂ ਕੀਮਤਾਂ ਨੇ ਉਹ ਪੂਰੇ ਦੁਨੀਆ ਦੇ ਉੱਤੇ ਇੱਕੋ ਹੀ ਧੜਾ ਉਹਨਾਂ ਦਾ ਫੈਸਲਾ ਕਰੀ ਜਾ ਰਿਹਾ ਤੁਸੀਂ ਕੀ ਨਹੀਂ ਇਹ ਠੀਕ ਹੈ ਕਿ ਅਮਰੀਕਾ ਦਾ ਇਸ ਵੇਲੇ ਅਮਰੀਕਾ ਦਾ ਜਿਹੜੀ ਬੇਸਿਕ ਇੰਟਰਨੈਸ਼ਨਲ ਪੋਲਿਟਿਕਸ ਦੇ ਵਿੱਚ ਮੁੱਦਾ ਹੈ ਉਹ ਹੈ ਹੀ ਇਸ ਵੇਲੇ ਆਇਲ ਹੈ ਆਇਲ ਤੇ ਕਿਵੇਂ ਕੰਟਰੋਲ ਕਰਨਾ ਉਹ ਡੰਪ ਕਰਕੇ ਆਪਣਾ ਸਟੋਰ ਵੀ ਰੱਖਦੇ ਆਪਣਾ ਆਇਲ ਨੂੰ ਆਪਣੇ ਦੇਸ਼ ਦੇ ਵਿੱਚ ਸੇਫ ਵੀ ਰੱਖਦੇ ਮਤਲਬ ਉਹ ਆਪਣੀ ਮਰਜ਼ੀ ਨਾਲ ਜਿਹੜੀਆਂ ਤੇਲ ਦੀਆਂ ਕੀਮਤਾਂ ਉਹ ਵਧਾ ਘਟਾ ਸਕਦੇ ਹਾਂ ਜੇ ਮੋਨੋਪਲੀ ਕਰਨਗੇ ਤੇ ਵਧਣਗੇ ਹੁਣ ਇਰਾਕ ਦਾ ਆਇਲ ਤੇ ਆਇਲ ਤੇ ਕਬਜ਼ਾ ਕਰ ਲਿਆ ਲੀਬੀਆ ਜਾਂ ਜਿੰਨੇ ਵੀ ਇਹ ਕੰਟਰੀ ਪਰ ਪਿਛਲੇ 5 ਸਾਲਾਂ ਦੇ ਵਿੱਚ ਮੰਜੀ ਜਿਹੜੀਆਂ ਕੀਮਤਾਂ ਨੇ ਉਹ $30 ਵੀ ਰਹੀਆਂ ਨੇ ਪਰ ਬੈਰਲ ਕਰੂਡ ਆਇਲ ਦੀਆਂ ਤੇ $150 ਵੀ ਰਹੀਆਂ ਇਹ ਲਗਾਤਾਰ ਇਹ ਉਹੀ ਦੌਰ ਹੈ ਜਦੋਂ ਅਮਰੀਕਾ ਦੀਆਂ ਜਿਹੜੀਆਂ ਵਾਰ ਅਗੇਂਸਟ ਟੈਰਰ ਨੇ ਅਫਗਾਨਿਸਤਾਨ ਦੇ ਵਿੱਚ ਤੇ ਇਰਾਨ ਦੇ ਵਿੱਚ ਤੇ ਲੀਬੀਆ ਦੇ ਵਿੱਚ ਉਹ ਚੱਲ ਰਹੀਆਂ ਨੇ ਇਹ ਮਾਰਕੀਟ ਨਹੀਂ ਹੈ ਨਾ ਇਹਦੇ ਵਿੱਚ ਕਾਫੀ ਪੋਲਿਟਿਕਸ ਵੀ ਹੈ ਹਾਂਜੀ ਕਿ ਜਦੋਂ ਉਸੇ ਪੋਲਿਟਿਕਸ ਨੂੰ ਮੈਂ ਸਮਝਣ ਦੀ ਕੋਸ਼ਿਸ਼ ਕਰ ਰਿਹਾ ਨਾ ਕਿ ਜੇ ਮੋਨੋਪਲੀ ਉਹਨਾਂ ਦੀ ਹੈ ਮੋਨੋਪਲੀ 30 ਤੇ ਕਿਵੇਂ ਚੱਲਦੀ ਹੈ 150 ਤੇ ਕਿਵੇਂ ਚੱਲਦੀ ਹੈ ਜਿਸ ਤਰ੍ਹਾਂ ਤੁਸੀਂ ਫੂਡ ਨੂੰ ਕਈ ਵਾਰੀ ਆਪਣਾ ਪੋਲਿਟੀਕਲ ਵੈਪਨ ਦੇ ਤੌਰ ਤੇ ਹਥਿਆਰ ਦੇ ਤੌਰ ਤੇ ਵਰਤ ਸਕਦੇ ਹਾਂ ਇਹ ਤੇਲ ਵੀ ਇੱਕ ਰਾਜਨੀਤਿਕ ਹਥਿਆਰ ਦੇ ਤੌਰ ਤੇ ਵਰਤਿਆ ਜਾ ਰਿਹਾ ਤੇ ਜਿੰਨਾ ਤੋਂ ਜਿੰਨਾ ਜ਼ਿਆਦਾ ਉਹਦੇ 'ਚ ਮੋਨੋਪਲੀ ਹੋਊਗੀ ਮੇਰਾ ਖਿਆਲ ਇੰਡੀਅਨ ਗਵਰਨਮੈਂਟ ਨੂੰ ਇਹ ਸੋਚਣਾ ਚਾਹੀਦਾ ਜਿਹੜਾ ਇਰਾਨ ਤੋਂ ਇਹਨਾਂ ਨੇ ਤੇਲ ਲੈਣਾ ਘਟਾਇਆ ਇਹਨਾਂ ਦੀ ਬੜੀ ਇੱਕ ਗਲਤੀ ਆ ਇਹਨਾਂ ਨੂੰ 11-10% ਜਿਹੜਾ ਵੀ ਉਹਨਾਂ ਦੀ ਆਪਣੀ ਟੋਟਲ ਇੰਪੋਰਟ ਦਾ ਥੱਲੇ ਕੀਤਾ ਆ ਇਹਨਾਂ ਨੂੰ ਨਹੀਂ ਸੀ ਕਰਨਾ ਜਿਹੜੀ ਪਹਿਲੀ ਉੱਥੇ ਲਾਈਨ ਸੀ ਜਿਵੇਂ ਮਹਿਤਾ ਜੀ ਗੱਲ ਕਰ ਰਹੇ ਸੀ ਜਿਹੜਾ ਸਾਨੂੰ ਕਰੂਡ ਆਇਲ ਇੱਥੇ ਆਉਣਾ ਸੀਗਾ ਡਾਇਰੈਕਟਲੀ ਇੱਥੇ ਪਾਈਪ ਲਾਈਨ ਰਾਹੀਂ ਉਹ ਇਹਨਾਂ ਨੇ ਸਾਰਾ ਮਤਲਬ ਫਿਜ਼ਲ ਹੋ ਗਿਆ ਮਨਜੀਤ ਜਿਸ ਮੁਲਕ ਦੀ ਬਹੁਤ ਵੱਡੀ ਜਿਹੜੀ ਅਰਥਚਾਰੇ ਦਾ ਵੱਡਾ ਹਿੱਸਾ ਜਿਹੜਾ ਹੈਗਾ ਉਹ ਸਰਵਿਸ ਸੈਕਟਰ ਤੇ ਹੋਵੇ ਸੋ ਸਰਵਿਸ ਸੈਕਟਰ ਦੀ ਜਿਹੜੀ ਬਹੁਤ ਵੱਡੀ ਟੇਕ ਜਿਹੜੀ ਆਊਟਸੋਰਸਿੰਗ ਯੂਰਪ ਤੋਂ ਨਾਰਥ ਅਮਰੀਕਾ ਤੋਂ ਹੋਵੇ ਉਹ ਇਸ ਮਾਮਲਿਆਂ ਦੇ ਵਿੱਚ ਤਾਂ ਉਹਨਾਂ ਦਾ ਇਨਫਲੂਐਂਸ ਰਹੇਗਾ ਹੀ ਰਹੇਗਾ ਨਾ
रोल होगा उन्होंने जरूर कंपनियां फायदा है पर ठीक है थोड़े जिहे एरिया दे थोड़े बहुत है पर टोटल इकोनॉमी बहुत वड्डा रोल नहीं है इस करके अभी इस करके मनी जाइए तौसबाजी मैं लगता प्रोफेसर मेहता कुछ कहेंगे लगातार ये कुछ सबजैक्टिवली डॉक्टर मनमोहन सिंह ना सबजैक्टिवली ह्यूमन बीइंग का भी अपना रोल होंदा वे इन्होंने लगातार मुल्क नू काफ़ी नुकसान कई गलां करके पहुँचाया वे यानी वो जिस वेले मणिशंकर अय्यर मिनिस्टर सीगा ऑयल का हाँ जी वो बड़ा विगोरसली परस्यू कर रहा सी कि पाकिस्तान ईरान ईरान वाली पाइपलाइन आ जाए हाँ जी उन्होंने हटा दिता गया ते अमरीका नाल जॉर्ज बुश नूं के तैनू हिंदुस्तान दे लोग बड़ा प्यार करदे अमरीका दे ते नहीं करदे लेकिन हिंदुस्तान वाले करदे ए बदल डॉक्टर मनमोहन सिंह दी पोजीशन सीगी ते उन्हां नाल समझौता कीता न्यूक्लियर डील कीती उसका इतना हैवी प्रोपेगेंडा कीता कि वो उन्हां नूं इलेक्शन सगों कम आया और उसका सब तो वड्डा नुकसान लैफ्ट नूं होया जिन्हें प्रिंसिपल डपोजिशन कीती और वो जिहड़ी प्रिंसिपल डपोजिशन सी हुण तक ठीक साबत होई है वो ठीक साबत होई वो सिरे ही नहीं लग रहा हाल ही तक दो जड़िया कंपनियां वास्ते एक जनरल इलेक्ट्रिक ते एक होर है मैं ना इस वक्त याद नहीं आ रहा उदा वो दो कंपनियां नू इन्होंने दो साइट्स भी गुजरात विच ते एक मध्य प्रदेश भी दे दित्तियां सन वो हो नहीं रहा क्योंकि सारे नालों महंगी फ्रांस उस तो सस्ते न्यूकलीयर प्लांट्स दे सकता है रशिया उस तो सस्ते दे रहा है रशिया का जो बनाए बनाए दे विच इन्होंने नवी मूवमेंट खड़ी करती सी कुछ देर लई कुंडाकुलम विच दोबारा शुरू हो गया वे सो ये लगातार जिहड़ियां सबजैक्टिव प्रेफरेंसेज है ना वैसट दे प्रति टिल्ट दियां मैनीफेस्टेशन उस दे नाल सो मच सो के डॉक्टर मनमोहन सिंह ने आप कहा वे कि मैं सोनिया गांधी नूं कहिंदे तुसीं कहिंदे मैं सोनिया गांधी दा बड़ा चेला वां मैं तो उन्हूं कहता सी मैं अस्तीफा दे दूंगा जे तुसीं ना मने हालांकि जे अगर सच्ची मुची सोनिया गांधी प्राइम मिनिस्टर हुंदी मनमोहन सिंह दी बजाय तो इतना टिल्ट नहीं सी होना अमेरिका वाल इस लिमिट तक नहीं हाँ जी गल थोड़ी बिल्कुल नुकता स्पष्ट हो गया जी जशपाल जी जिहड़ा मसला है कि भी सबसिडी कटनी है कौमांतरी हालात इह ने साडे मुल्क दे अंदर विद इन जिवें मतलब पब्लिक ट्रांसपोर्ट के उत्ते स्ट्रैस होवे प्राइवेट जिहड़ी ट्रांसपोर्ट आ ओह कटाई जावे इस किस्म दीआं पेशबंदियां भी हो सकदियां जिहड़ियां कुछ राहत दे सकदियां कंज्यूमर नूं हाँ देखो ये जिहड़ी ओह तां कंजम्पशन जिहड़ी है तेल दी जिहड़ी है जां जिन्नी कंजम्पशन हुंदी है उस कंजम्पशन दा फर्क तां पै सकदा है मतलब जे प्राइवेट ट्रांसपोर्ट ओहदी थां ते पब्लिक ट्रांसपोर्ट होवे तां जिन्ना तेल जिहड़ा हैगा अपने प्राइवेट व्हीकलां 'च ओह इह फर्क पैंदा पर तुसीं बारहवीं पांच साल जी प्लैन जी 2012 च शुरू हुई है अप्रोच पेपर जो पिछे जारी किया पढ़ो उस अप्रोच पेपर दे विच सारे सैक्टर जो है ट्रांसपोर्ट एनर्जी एजुकेशन हेल्थ होर जिन्हें सैक्टर वाटर सप्लाई सीवरेज सारे सैक्टर दे विच उन्होंने एको फार्मूला जरा है बिल्कुल मेन तुस जी इस गल की है कि इन्होंने सारे सैक्टर दे विच प्राइवेट इन्वेस्टमेंट जी है वो सारी जी फरोली जाए प्राइवो एक्सपलोर की जाए वो किस तरह मतलब तुम और बकायदा यानी एक पॉलिसी एनर्जी वाले के भी तेल उन्होंने वे भी जिक्र किया है भी मतलब जोड़ा है भी यह डी कंट्रोल जी ग्लोबल इकोनमी के मुताबिक सब चलना पड़ेगा वह सारे थावान से मतलब जी है जिनी मतलब पहला से उदू कई गुणा ज्यादा जी सारी प्राइवेट इन्वेस्टमेंट और पीपी मोड प्राइवेट पब्लिक पार्टनरशिप का जो फार्मूला दिता है वो सारा फिर उधर नहीं जा रहा सारा वो यानी उस लाइन के मुताबिक लगता नहीं गा भी वो इस किस्म की जी है पब्लिक ट्रांसपोर्ट पब्लिक या कोई होर जिनिया भी यूटिलिटी मतलब थोड़ा लगता कि ये नीति इन संभव नहीं वो पॉलिसियों के मतलब जी प्रोफेसर मनजीत जी एक गल बार बार आ रही है कि भी बहुत सारा टैक्स लगता तेल के उत्ते
ਜਿਹੜੀਆਂ ਕੇਂਦਰ ਸਰਕਾਰ ਵੀ ਲਾਉਂਦੀ ਹੈ ਤੇ ਉਹ ਤੋਂ ਬਾਅਦ ਸੂਬਾ ਸਰਕਾਰ ਵੀ ਲਾਉਂਦੀਆਂ ਨੇ ਫਿਰ ਮਿਊਨਿਸਪੈਲਿਟੀਜ਼ ਦਾ ਵੀ ਉਹਦੇ ਤੇ ਟੈਕਸ ਹੈ ਕਿ ਜੇ ਇਹ ਟੈਕਸ ਘਟਾਇਆ ਜਾਵੇ ਤਾਂ ਸੂਬੇ ਕਿਸੇ ਨਾ ਕਿਸੇ ਕਿਸਮ ਦੀ ਰਾਇਤ ਜਿਹੜੀ ਹੈਗੀ ਆ ਦੇ ਸਕਦੇ ਨੇ ਖਪਤਕਾਰ ਨੂੰ ਦੇਖੋ ਉਹਦੇ ਨਾਲ ਗੱਲ ਤੇ ਉੱਥੇ ਆ ਜਾਣੀ ਆ ਵੀ ਜੇ ਤੁਸੀਂ ਜੇ ਇਹਦੇ ਟੈਕਸ ਘਟਾਉਣਗੇ ਲੋਕਾਂ ਨੂੰ ਤਾਂ ਫਾਇਦਾ ਹੋ ਜਾਊਗਾ ਫਿਰ ਸਰਕਾਰ ਕਿਤੇ ਟੈਕਸ ਹੋਰ ਲਾਊਗੀ ਸਰਕਾਰ ਕੋਲ ਟੈਕਸ ਤੇ ਚਾਹੀਦੇ ਉਸ ਗੱਲ ਦੀ ਉਹ ਨਹੀਂ ਹੈ ਕਿਉਂਕਿ ਸਰਕਾਰ ਚਲਾਉਣ ਲਈ ਸਵਾਲ ਆ ਪ੍ਰਾਇਓਰਟੀਜ਼ ਦਾ ਜਿਹੜੀ ਗਵਰਨਮੈਂਟ ਨੇ ਇਹ ਮਨ ਵਿੱਚ ਧਾਰ ਲਈ ਹੈ ਕਿ ਮਾਰਕੀਟ ਦਾ ਮੰਤਰ ਜਿਹੜਾ ਇਹ ਸਾਰੇ ਮਸਲਿਆਂ ਦੀ ਸਾਰੀ ਮਰਜ਼ਾਂ ਦੀ ਇੱਕੋ ਦਵਾ ਆ ਇਹ ਬੜਾ ਡੇਂਜਰਸ ਆ ਅੱਗੇ ਸਾਡੀ ਮਿਕਸਡ ਇਕਨੋਮੀ ਸੀਗੀ ਉਹਦੇ 'ਚ ਕੁਛ ਜਿਹੜੇ ਮੇਨ ਸੈਕਟਰ ਸੀਗੇ ਉਹ ਅੰਬੇਦਕਰ ਨੇ ਵੀ ਕਿਹਾ ਉਦੋਂ ਨਹਿਰੂ ਨੇ ਵੀ ਕਿਹਾ ਹੋਰਨਾਂ ਸਾਰਿਆਂ ਨੇ ਉਹ ਜਿਹੜੇ ਪੁਰਾਣੇ ਜਿਹੜੇ ਕਾਂਗਰਸ ਸੋਸ਼ਲਿਸਟ ਟਾਈਪ ਸੀਗੇ ਉਹਨਾਂ ਨੇ ਵੀ ਕਿਹਾ ਕਿ ਜਿਹੜੇ ਮੇਨ ਇਕਨੋਮੀ ਦੇ ਪਿਲਰਸ ਆ ਉਹਨੂੰ ਪ੍ਰਾਈਵੇਟ ਹੱਥਾਂ ਦੇ ਵਿੱਚ ਨਾ ਦਿਓ ਹੁਣ ਇਹਨਾਂ ਨੇ ਇੱਕ ਮਿਨਿਸਟਰੀ ਆਫ ਡਿਸਇਨਵੈਸਟਮੈਂਟ ਬਣਾ ਕੇ ਉਹਨਾਂ ਸਾਰਿਆਂ ਨੂੰ ਵੇਚਣਾ ਸ਼ੁਰੂ ਕੀਤਾ ਜਿਹੜਾ ਨਹੀਂ ਵਿਕਦਾ ਉਹਨੂੰ ਕਹਿੰਦੇ ਵੀ ਹੋਰ ਤਰੀਕਾ ਕੱਢ ਲਿਆ ਜਿਹੜਾ ਇਹ ਕਹਿ ਰਹੇ ਆ ਪਬਲਿਕ ਪ੍ਰਾਈਵੇਟ ਦਾ ਕਿ ਪਹਿਲਾਂ ਪ੍ਰਾਈਵੇਟ ਨਾਲ ਪਾਰਟਨਰਸ਼ਿਪ ਕਰੋ ਅਤੇ ਫਿਰ ਪਬਲਿਕ ਨੂੰ ਜਦੋਂ ਪ੍ਰਾਈਵੇਟ ਖਾ ਲੂਗਾ ਫਿਰ ਉਹਨੂੰ ਕਹੋ ਇਸ ਕਰਕੇ ਜਿਹੜਾ ਗਵਰਨਮੈਂਟ ਦੀ ਇਹ ਨੀਤੀ ਆ ਜਿਹੜੀ ਕਿ ਉਹਨਾਂ ਨੇ ਉੱਥੋਂ ਪੜ੍ਹੀ ਆ ਸਾਡੇ ਜਿਹੜੇ ਲੀਡਰ ਜੇ ਸਬਜੈਕਟਿਵ ਫੈਕਟਰ ਨਹੀਂ ਹੈ ਮਨਮੋਹਨ ਸਿੰਘ ਦਾ ਮਨਮੋਹਨ ਸਿੰਘ ਅਤੇ ਆਲੂਵਾਲੀਏ ਦੀ ਜੋੜੀ ਦੇ ਐਨ ਇੱਕਦਮ ਇੱਕ ਸਹੁਰਿਆ ਕਿ ਦੇਸ਼ ਦੇ ਵਿੱਚ ਅਸੀਂ ਜਿਹੜੀ ਬਿਲਕੁਲ ਮਾਰਕੀਟ ਓਰੀਐਂਟਡ ਜਿਹੜੀ ਇਕਨੋਮੀ ਨੂੰ ਕਿਵੇਂ ਪੂਰੇ ਦਾ ਪੂਰਾ ਮਜ਼ਬੂਤ ਕਰਨਾ ਔਰ ਉਹਦੇ ਰਿਜ਼ਲਟ ਇਹ ਨਿਕਲਣਗੇ ਕਿ ਜਿਹੜੇ ਗਰੀਬ ਆ ਉਹ ਬਿਲਕੁਲ ਮਾਰਜਨ 'ਤੇ ਚਲੇ ਜਾਣਗੇ ਅਜੇ ਉਹਦੀ ਸ਼ੁਰੂਆਤ ਜਿਹੜੀਆਂ ਪਹਿਲਾਂ ਵਾਲੀਆਂ ਜਿਹੜੀਆਂ ਧਿਰਾਂ ਸੀ ਜਿਹਨਾਂ ਨੂੰ ਕਿਹਾ ਜਾਂਦਾ ਸੀ ਕਿ ਉਹ ਸਮਾਜਵਾਦੀ ਕਿਸਮ ਦੀਆਂ ਧਿਰਾਂ ਨੇ ਅਤੇ ਥੋੜ੍ਹਾ ਜਿਹਾ ਇਹਨਾਂ ਨੂੰ ਵੱਖਰੇਵਾਂ ਰੱਖਦੀਆਂ ਨੇ ਜਦੋਂ ਇਸ ਵਾਰ ਜਿਹੜੇ ਟੀਐਮਸੀ ਨੂੰ ਤੇ ਡੀਐਮਕੇ ਨੂੰ ਅੱਖਾਂ ਦਿਖਾ ਰਹੀ ਹੈ ਕਾਂਗਰਸ ਤੇ ਉਹ ਦਿਖਾ ਰਹੀ ਹੈ ਮੁਲਾਇਮ ਸਿੰਘ ਯਾਦਵ ਦੇ ਦਮ ਦੇ ਉੱਤੇ ਜਾਂ ਲਾਲੂ ਪ੍ਰਸ਼ਾਦ ਯਾਦਵ ਦੇ ਦਮ ਦੇ ਉੱਤੇ ਜਿਹੜੀਆਂ ਦੋਨੇ ਸਮਾਜਵਾਦੀ ਧਿਰਾਂ ਕਹਾਉਂਦੀਆਂ ਨੇ ਆਪਣੇ ਆਪ ਨੂੰ ਇਹਦਾ ਮਤਲਬ ਪੂਰੀ ਪੋਲਿਟੀ ਦਾ ਟ੍ਰੇਟ ਹੋ ਰਿਹਾ ਨਹੀਂ ਬਿਲਕੁਲ ਨਹੀਂ ਯਾਦਵ ਨੇ ਕਹਿ ਤਾ ਕਿ ਮੈਂ ਕੋਈ ਇਹਨਾਂ ਦੇ ਵਿੱਚ ਜਾਣਾ ਨਹੀਂ ਚਾਹੁੰਦਾ ਉਹ ਦੇਖੋ ਪਾਰਟੀਆਂ ਉਹਦੇ ਵਿੱਚ ਇਸ ਤਰ੍ਹਾਂ ਨਾ ਤੁਸੀਂ ਲਓ ਕਿ ਅੱਜ ਦੀਆਂ ਜਿੰਨੀਆਂ ਪਾਰਟੀਆਂ ਉਹਦੇ ਵਿੱਚ ਮੈਂ ਨਹੀਂ ਕਹਿ ਰਿਹਾ ਕਿ ਕੋਈ ਬਹੁਤ ਕੋਈ ਜ਼ਿਆਦਾ ਕਮਿਟਮੈਂਟ ਐਕਸੈਪਟ ਲੈਫਟ ਮੇ ਬੀ ਬਾਕੀ ਸਾਰਿਆਂ ਦੇ ਵਿੱਚ ਤੁਸੀਂ ਇਹ ਨਹੀਂ ਕਹਿ ਸਕਦੇ ਕਿਉਂਕਿ ਉਹ ਪੁਰਾਣੇ ਪੈਟਰਨ ਲਈ ਕਮਿਟਡ ਹੈਗੇ ਸਵਾਲ ਹੈ ਕਿ ਲੋਕਾਂ ਲਈ ਕਿੰਨੀ ਕਮਿਟਮੈਂਟ ਹੈ ਉਹ ਕੋਈ ਸੋਸ਼ਲਿਜ਼ਮ ਲਈ ਕਮਿਟਡ ਨਹੀਂ ਸੀ ਪਹਿਲੇ ਵੀ ਜਾਂ ਕੋਈ ਉਹ ਸੋਸ਼ਲਿਸਟ ਪੈਟਰਨ ਆਫ ਸੋਸਾਇਟੀ ਸਾਡੇ ਕਾਨਸਟੀਟਿਊਸ਼ਨ 'ਚ ਲਿਖਿਆ ਹੋਇਆ ਨਾ ਕਿ ਕੋਈ ਸੋਸ਼ਲਿਜ਼ਮ ਸਾਧਨਾ ਹੈ ਪਰ ਉਹਨਾਂ ਲਈ ਇੱਕ ਆਮ ਲੋਕਾਂ ਲਈ ਦਿਲ ਦੇ ਵਿੱਚ ਕੋਈ ਸਹਾਨੁਭੂਤੀ ਤੇ ਸੀਗੀ ਇਹ ਤੇ ਬਿਲਕੁਲ ਹੀ ਮਤਲਬ ਲੋਕਾਂ ਨੂੰ ਇਹ ਤੇ ਕੰਪਨੀਆਂ ਨੂੰ ਬਚਾਉਣ ਲੱਗੇ ਹੋਏ ਆ ਤੇ ਕੰਪਨੀਆਂ ਨੂੰ ਸਬਸਿਡੀ ਜਿਹੜੀ ਆ ਦੇਣੀ ਆ ਉਹਨਾਂ ਨੂੰ ਹੋਰ ਫਾਇਦੇ ਦੇਣੇ ਆ ਆਮ ਲੋਕ ਜਿੱਥੇ ਮਰਜ਼ੀ ਜਾਣ ਇਹਨਾਂ ਨੂੰ ਕੋਈ ਦਿਲ ਦੇ ਵਿੱਚ ਇਹ ਗੱਲ ਤੁਹਾਡੀ ਠੀਕ ਹੈ ਕਿ ਵੀ ਜਿਹੜੇ ਆਮ ਲੋਕਾਂ ਲਈ ਜਿਹੜੀ ਹਮਦਰਦੀ ਹੈ ਸਰਕਾਰ 'ਚ ਉਹ ਬਹੁਤ ਜ਼ਰੂਰੀ ਹੈ ਤੁਸੀਂ ਸਾਰੇ ਇਸ ਬਹਿਸ 'ਚ ਸ਼ਾਮਿਲ ਹੋਏ ਤੁਹਾਡਾ ਬਹੁਤ ਬਹੁਤ ਧੰਨਵਾਦ ਪੈਟਰੋਲ ਦੀ ਕੀਮਤ ਵਿੱਚ ਹੋਇਆ ਵਾਧਾ ਅੰਤਿਮ ਨਹੀਂ ਹੈ ਇਹ ਹੋ ਸਕਦਾ ਹੈ ਕਿ ਵਾਧੇ ਦਾ ਕੁਝ ਹਿੱਸਾ ਵਾਪਸ ਕਰ ਲਿਆ ਜਾਵੇ ਪਰ ਇਹ ਮਸਲਾ ਦੇਰ ਸਵੇਰ ਮੁੜ ਕੇ ਸਾਹਮਣੇ ਆਏਗਾ ਆਵਾਜਾਈ ਦੇ ਮਜ਼ਬੂਤ ਤੇ ਭਰੋਸੇਯੋਗ ਜਨਤਕ ਸਾਧਨ ਤੇਲ ਦੀ ਵਰਤੋਂ ਵਿੱਚ ਕਿਫਾਇਤ ਅਤੇ ਠੋਸ ਬੰਦੀ ਤੋਂ ਬਿਨਾਂ ਇਸ ਮਸਲੇ ਨੂੰ ਟਾਲਿਆ ਤਾਂ ਜਾ ਸਕਦਾ ਹੈ ਪਰ ਸੁਲਝਾਇਆ ਨਹੀਂ ਜਾ ਸਕਦਾ ਇਸ ਦੇ ਨਾਲ ਹੀ ਅੱਜ ਦਾ ਪ੍ਰਾਈਮ ਡਿਬੇਟ ਖਤਮ ਕਰਦੇ ਹਾਂ ਨਮਸਕਾਰ ਸਤਿ ਸ਼੍ਰੀ ਅਕਾਲ ਖੁਦਾ ਹਾਫਿਜ਼